ਲਓ ਵੀ ਦੋਸਤੋ ਪਹੁੰਚ ਚੁੱਕੇ ਆਪਾਂ ਉਰੇ। ਚੱਲ ਵੀ ਗੱਲ ਸਾਰੇ ਜਣੇ ਵਧੀਆ ਹੋਣਗੇ ਅਤੇ ਆਪਾਂ ਤੁਹਾਨੂੰ ਪਤਾ ਹੀ ਆ ਕੈਂਡੀ ਉਹਨਾਂ 'ਤੇ ਕੈਂਡੀ ਰਹਿਣਾ ਵਾ ਜੀ। ਅਤੇ ਅੱਜ ਹੈਗੀ ਆ ਜੀ ਤਰੀਕ ਆਪਣੀ 31 ਮਾਰਚ 2024। ਅਤੇ ਆਪਣਾ ਕਾਫੀ ਟਾਈਮ ਤੋਂ ਬਲੌਗ ਨਹੀਂ ਆਇਆ ਸੀ, ਤਾਂ ਕਰਕੇ ਅੱਜ ਆਪਾਂ ਇਹ ਪਾ ਦਿੱਤਾ ਹੋਇਆ ਵਾ, ਠੀਕ ਹੈ ਜੀ। ਅਤੇ ਅੱਜ ਆਹ ਦੇਖੋ ਸਮਝ ਰਹੇ ਹੋਵੋਗੇ ਨਾ ਵੀ ਆਹ ਤਾਂ ਬਲੌਗ ਆ, ਅਤੇ ਇੰਜੋਏ ਕਰਨਾ ਅਤੇ ਆਪਾਂ ਘੁੰਮਣ ਵੀ ਆਵਾਂਗੇ ਸੱਚ। ਅਤੇ ਬਾਕੀ ਦੇਖਦਾ ਸਟਾਰਟ ਕਰ ਦਿੱਤਾ ਹੋਇਆ ਆਪਾਂ ਬਲੌਗ, ਠੀਕ ਆ, ਚੱਲਦੇ ਹਾਂ ਅੱਗੇ, ਦੇਖਦੇ ਹਾਂ, ਕਰੋ ਇੰਜੋਏ। ਚਕੀਨੇ ਵੇਚਣੀਆਂ ਵਾਲੀਆਂ ਭਾਵੇਂ ਲੱਭ ਜੂ, ਕਈਆਂ ਨੂੰ ਮੇਰੇ ਨਾਲ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀਓ ਕਮਾਲਾਂ। ਉਧਰ ਹੋਤੇ ਹਾਂ, ਦੂਜੇ ਪਾਸੇ, ਦੂਜੇ ਪਾਸੇ, ਉਧਰ 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 ਦੂਜੇ ਪਾਸੇ। ਹਾਂ ਅੱਛਾ, ਚਲੋ ਜਿੰਨਾ ਹੋ ਸਕਿਆ ਮੈਂ ਕਰਿਆ ਵਾ। ਚਲ ਕਿਵੇਂ ਸੱਚੀ? ਹਾਂ ਥੱਲੇ ਲਾਈਟ ਲੱਗੀ ਆ, ਚਲਾਓ ਇੱਥੋਂ ਥੱਲੇ ਚਲਾਓ ਲਾਈਟ ਲੱਗੀ ਆ। ਕਿੱਧਰ ਨੂੰ ਲਿਖਿਆ? ਹਾਂ ਉਹਦੇ ਦੋ ਮਿੰਟ ਬੰਦ ਕਰਕੇ ਸਾਨੂੰ ਆਹ ਦੇਖੋ ਕਿਵੇਂ ਲੱਗਿਆ ਗਿਫਟ ਫਿਰ? ਬਹੁਤ ਪਿਆਰਾ ਹੈ ਸੱਚੀ। ਚਲ ਥੈਂਕ ਯੂ, ਕੋਈ ਨਹੀਂ। ਹਾਂ ਚਲੋ ਵੀ ਮੰਮੀ ਨੂੰ ਪਸੰਦ ਆ ਗਿਆ, ਮੈਨੂੰ ਐਂ ਸੀ ਵੀ ਕਿਤੇ ਪਸੰਦ ਨਾ ਆਵੇ। ਅਤੇ ਆਹ ਵੀ ਦੇਖੋ ਪੜ੍ਹੋ ਕੀ ਲਿਖਿਆ ਫਿਰ ਇੱਥੇ ਹੁਣ, ਇਹ ਮੈਂ ਕਾਲਜ 'ਚ ਬਹਿ ਕੇ ਬਣਾਇਆ ਵਾ। 31 ਮਾਰਚ 1979 ਜਨਮ ਦਿਨ ਮੁਬਾਰਕ ਮਾਂ, ਹਰ ਜਨਮ ਬਣੇ ਤੂੰ ਮੇਰੀ ਮਾਂ ਮੇਰੀ, ਹਰ ਜਨਮ ਮੈਂ ਤੇਰਾ। ਕੈਂਡਾ ਹਾਂ ਬਹੁਤ ਪਿਆਰਾ, ਇਮੋਸ਼ਨਲ ਪਸੰਦ ਗਿਫਟ ਤੇ ਚਲ ਆਪਣਾ ਵਧੀਆ, ਮਤਲਬ ਆਪਣਾ ਮਿਹਨਤ ਪੱਲੇ ਪੈ ਗਈ ਹੈ ਨਾ।
ਤੇ ਹੁਣ ਆਪਾਂ ਚੱਲਾਂਗੇ ਰਾੜਾ ਸਾਹਿਬ ਤੇ ਉਹਨੂੰ ਉੱਥੇ ਦਾ ਵਲੌਗ ਦਿਖਾਵਾਂਗੇ, ਕੰਟੀਨਿਊ ਕਰਾਂਗੇ। ਬਹੁਤ ਇੰਟਰਸਟਿੰਗ ਹੁਣ ਵਲੌਗ ਕਰੀ ਚੱਲਾਂ ਇੰਜੋਏ ਅਤੇ ਇਮੋਸ਼ਨਲ ਮੂਮੈਂਟ ਆ ਨਾ ਕੁਝ ਕੁਝ ਦੇਖਣ ਨੂੰ ਮਿਲਦੀਆਂ ਸੀਗੀਆਂ ਤਾਂ ਕਰਕੇ ਮੈਂ ਕੈਪਚਰ ਕਰਦੀ ਤਾਂ ਅਸੀਂ ਵਲੌਗ ਬਣਾਇਆ ਸੀਗਾ ਇਹ ਵੀ ਇਹਨਾਂ ਬੈਸਟ ਬੈਸਟ ਮੂਮੈਂਟ ਆਪਣੀ ਮੈਮਰੀ ਦੇ ਨਾਲ ਕੈਪਚਰ ਕਰ ਸਕਾਂ, ਹੈ ਨਾ ਵੀ ਅੱਗੇ ਤੋਂ ਹੋਰ ਇਸ ਤੋਂ ਘੈਂਟ ਕਰ ਸਕੀਏ, ਹੈ ਨਾ। ਕੱਲ੍ਹ ਜਿੰਨਾ ਸੀਗਾ ਆਪਣੇ ਨਾਲ ਗੱਪ ਕੀਤਾ ਅਤੇ ਅੱਗੇ ਤੋਂ ਹੋਰ ਬਹੁਤ ਵਧੀਆ ਕਰਾਂਗੇ, ਠੀਕ ਆ। ਅਤੇ ਜੁੜੇ ਰਹੋ ਸਾਡੇ ਚੈਨਲ ਨਾਲ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਭਰਾ ਆਣ ਕੇ ਸਬਸਕ੍ਰਾਈਬ ਕਰ ਲਓ ਜਾਂ ਮੈਡਮ ਆ ਕੇ ਸਬਸਕ੍ਰਾਈਬ ਕਰ ਲਓ। ਦੇਖੀ ਚੱਲੋ ਇਹਦਾ ਤਾਂ ਘੈਂਟ ਘੈਂਟ ਵਲੌਗ, ਹੋਰ ਫੈਮਲੀ ਵਲੌਗ ਵੀ ਵਾਧੂ ਆਉਣਗੇ ਅਤੇ ਹੋਰ ਟ੍ਰਿਪ ਪਲੈਨ ਕਰ ਰਹੇ ਹਾਂ, ਦੇਖਦੇ ਹਾਂ ਜੇ ਕਿਤੇ ਗਏ ਤਾਂ ਹਜੇ ਤੁਹਾਨੂੰ ਦੱਸੂਗਾ ਨਹੀਂ ਇਹਦੇ ਵਿੱਚ, ਹਜੇ ਚੱਲ ਰਹੀਆਂ ਨੇ ਸਲਾਹ, ਦੇਖਦੇ ਹਾਂ ਫਿਰ ਆਪਾਂ ਉੱਧਰਲਾ ਵੀ ਟ੍ਰਿਪ ਕਰਦੇ, ਤੁਹਾਨੂੰ ਉਹਦੇ ਵੀ ਵਲੌਗ ਆਉਣਗੇ ਘੈਂਟ ਘੈਂਟ ਜਿਹੇ ਇੰਟਰਸਟਿੰਗ ਸਿਰਾ ਹੋਣਗੇ ਅਤੇ ਆਪ ਵੀ ਚੱਲਦੇ ਹੋਣਾ ਆਪਾਂ ਰਾੜਾ ਸਾਹਿਬ ਬਿਨਾਂ ਦੇਰੀ ਕਿਤੇ ਉੱਥੇ ਜਾ ਕੇ ਮਿਲਦੇ ਆ ਲਓ ਵੀ ਮਿੱਤਰੋ। ਕਹਿੰਦੇ ਮੈਂ ਘਰ ਫੋਨ ਕਰਿਆ ਸੀਗਾ ਆਉਣਾ 10 ਵਜੇ ਅਤੇ ਹੁਣ ਮੈਂ ਖੜ੍ਹਾ ਉਰੇ ਆਪਣਾ ਰਾੜਾ ਸਾਹਿਬ ਅਤੇ ਇੱਧਰ ਸੇਵਾ ਚੱਲਦੀ ਹੁੰਦੀ ਆ, ਉਰੇ ਖੜ੍ਹੇ ਸੀਗੇ ਅਤੇ ਮੈਂ ਘਰ ਫੋਨ ਕਰਿਆ ਸੀਗਾ ਅਤੇ ਉਹ ਕਹਿੰਦੇ ਵੀ ਸਿਸਟਰ ਕਹਿੰਦੇ ਅਤੇ ਪਾਪਾ ਕਹਿੰਦੇ ਵੀ ਲਿਆਂਦਾ ਸਮਾਨ ਅਤੇ ਕੇਕ ਵੀ ਲਿਆਂਦਾ ਐਂਡ ਸਜਾਵਟ ਦਾ ਸਮਾਨ ਸੀ ਅਤੇ ਹੁਣ ਘਰ ਜਾ ਕੇ ਮੰਮਾ ਦੀ ਰਿਐਕਸ਼ਨ ਚੈੱਕ ਕਰਾਂਗੇ। ਦੇਖੀ ਚੱਲੋ ਵਲੌਗ ਕਰ ਰਹੇ ਇੰਜੋਏ ਮਿੱਤਰੋ, ਆ ਜਾਓ। ਹੈਪੀ ਬਰਥਡੇ, ਆਜੋ ਆਜੋ ਆਜੋ। ਹੈਪੀ ਬਰਥਡੇ ਟੂ ਯੂ। ਲਓ ਵੀ ਮਿੱਤਰੋ ਪਹੁੰਚ ਚੁੱਕੇ ਘਰੇ ਬਸ, ਹੁਣ ਤੇ ਜਾ ਕੇ ਹੁਣ ਰੈਸਟ ਕਰਦੇ ਹਾਂ। ਬਲੌਗ ਇੱਥੇ ਤੱਕ ਹੀ ਸੀਗਾ, ਹੈ ਨਾ। ਚੰਗਾ ਵੀ ਮਿੱਤਰੋ ਆਜੋ ਘਰੇ ਚੱਲੀਏ। ਆ ਗੇਟ ਲਾ ਦੋ, ਰੁਕ ਜਾਓ ਅੱਜ 2 ਮਿੰਟ, ਰੁਕ ਜਾਓ 2 ਮਿੰਟ। ਚਲੋ ਬਈ, ਹੈਪੀ ਬਰਥਡੇ ਟੂ ਯੂ।
ਗਾਣੇ ਲਾ ਬਈ ਹੈਪੀ ਬਰਥਡੇ ਟੂ ਯੂ ਬਾਜ ਕਰ ਪਤਾ ਲੱਗਿਆ ਵੀ ਜਾਂਦਾ ਨਾ ਮੇਰੀ ਮੰਮੀ ਦਾ ਆਜੋ ਮੇਰੀ ਮੰਮੀ ਭੈਣ ਅਤੇ ਮੇਰੇ ਡੈਡੀ ਨੇ ਕੰਮ ਕਰਿਆ ਘੈਂਟ ਪੂਰਾ ਫਿਰ ਅਤੇ ਸਜਾਵਟ ਕਰਤੀ ਹੁਣ ਕੇਕ ਕੱਟਦੇ ਆ ਅਤੇ ਦਿਖਾਉਂਦੇ ਆ ਰਿਐਕਸ਼ਨ ਚੈੱਕ ਕਰ ਲਿਆ ਹੁਣ ਤੁਸੀਂ ਅਤੇ ਹੁਣ ਅਸਲੀ ਇੱਧਰ ਕੰਮ ਆ ਅਤੇ ਚੱਲ ਰਿਹਾ ਚਲੋ ਜਿੰਨਾ ਹੋਇਆ ਬਹੁਤ ਘੈਂਟ ਕਰਿਆ ਇਹਨਾਂ ਨੇ ਦੋਨਾਂ ਨੇ ਅਤੇ ਚਲੋ ਹੁਣ ਕੱਟਦੇ ਹਾਂ ਕੇਕ ਫਿਰ ਦਿਖਾਉਂਦੇ ਵੀ ਆ ਜਾਓ ਚਲੋ ਵੀ ਕੇਕ ਕੱਟੀਏ ਹੈਪੀ ਬਰਥਡੇ ਟੂ ਯੂ ਚਲੋ ਹੈਪੀ ਬਰਥਡੇ ਟੂ ਚਲੋ ਤਾਲੀ ਪਾਓ ਸਾਰੇ ਹਾਂ ਚੱਲ ਚੱਲ ਹੈਪੀ ਬਰਥਡੇ ਟੂ ਯੂ ਕਿਵੇਂ ਲੱਗਿਆ ਫਿਰ ਹੈ ਵਧੀਆ ਇੱਕ ਗਿਫਟ ਲਿਆ ਚੱਕ ਉਹੀ ਮੰਮੀ ਦੇ ਤੂੰ ਵੀ ਹੁਣ ਉਦੋਂ ਨਹੀਂ ਲਿਆ ਹੈ ਚੱਲ ਦੇ ਲਓ ਵੀ ਮਿੱਤਰੋ ਗਿਫਟ ਆਪਾਂ ਦੇ ਦਿੱਤੇ ਮੰਮੀ ਜਿਹੜੇ ਸਵੇਰੇ ਦਿੱਤੇ ਸੀ ਉਹੀ ਇੱਕ ਵਾਰ ਫੇਰ ਦਿੱਤੇ ਆ ਲਓ ਚਲਾ ਇਹਨੂੰ ਚਲਾ ਤੁਸੀਂ ਹਾਂ ਲਓ ਵੀ ਚੱਲ ਵੀ ਕਿਵੇਂ ਲੱਗਿਆ ਫਿਰ ਬਰਥਡੇ ਵੀ ਸੱਚੀ ਸੱਚੀ ਦੱਸਿਓ ਹਾਂਜੀ ਬਹੁਤ ਵਧੀਆ ਲੱਗਿਆ ਮੈਨੂੰ ਬਿਲਕੁਲ ਨਹੀਂ ਸੀ ਪਤਾ ਸੱਚੀ ਵੀ ਨਹੀਂ ਪਤਾ ਲੱਗਿਆ ਸਾਨੂੰ ਨਹੀਂ ਬਿਲਕੁਲ ਨਹੀਂ ਪਤਾ ਸੀਗਾ ਮੈਨੂੰ ਹਾਂ ਤੇ ਅਸ਼ ਨੇ ਸਵੇਰੇ ਮੈਨੂੰ ਰਿਸ਼ ਕੀਤਾ ਹਾਂ ਬਹੁਤ ਪਿਆਰਾ ਲੱਗਿਆ ਬਹੁਤ ਮਨ ਭਰਿਆ ਖੁਸ਼ੀ ਦੇ ਨਾਲ ਉਸ ਤੋਂ ਬਾਅਦ ਮੈਂ ਆਪ ਬੈਠ ਮੇਰੀ ਬੇਟੀ ਨੇ ਹਾਂ ਇੰਨੀ ਪਿਆਰੀ ਕੀ ਹਾਂ ਦੇਖ ਕੇ ਰੂਹ ਖੁਸ਼ ਹੋ ਗਈ ਮਨ ਹਾਂ ਚਲੋ ਚਲੋ ਬਸ ਹੁਣ ਚਲੋ ਬਈ ਹਾਂ ਅੰਕਲ ਜਲਦੀ ਕਰਾ
ਕੋਈ ਨੀ ਅੱਖਾਂ ਦੇਖ ਲੈ ਕਿਵੇਂ ਭਰੀਆਂ ਸੀ ਕਿਹਾ ਸੀਗਾ ਨਾ ਮਿੱਤਰੋ ਵੀ ਇਮੋਸ਼ਨਲ ਹੋ ਜਾਣਾ ਸੀਨ ਅਤੇ ਚੰਗਾ ਵੀ ਹੁਣ ਇਸ ਗੱਲ ਦਾ ਬਲੌਗ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ ਅਤੇ ਬਹੁਤ ਵਧੀਆ ਮਤਲਬ ਮੈਂ ਤਾਂ ਸੀਗੇ ਮਤਲਬ ਵੀ ਹਾਂ ਵੀ ਕਰਨਾ ਆਪਾਂ ਕੁਛ ਕਿਉਂਕਿ ਯਾਰ ਹਰੇਕ ਵਾਰ ਆਪਣੇ ਮੰਮੀ ਡੈਡੀ ਹੈ ਨਾ ਆਪਣੇ ਲਈ ਕੁਝ ਕਰਦੇ ਨੇ ਅਤੇ ਆਪਾਂ ਕੁਛ ਵੀ ਨਹੀਂ ਕਰ ਸਕਦੇ ਅਤੇ ਅਸੀਂ ਅੱਜ ਐਡੇ ਐਡੇ ਹੋ ਗਏ ਅਤੇ ਅੱਜ ਪਹਿਲੀ ਵਾਰ ਅਸੀਂ ਕੀਤਾ ਕੁਛ ਆਪਣੇ ਮਾਂ ਪਿਓ ਲਈ ਅਤੇ ਉਮੀਦ ਕਰਾਂਗੇ ਵੀ ਡੈਡੀ ਦਾ ਵੀ ਜਨਮਦਿਨ ਆਪਾਂ ਇੱਦਾਂ ਦੂ ਘੈਂਟ ਬਣਾਵਾਂਗੇ ਹੋਰ ਠੀਕ ਹੈ ਜੀ ਅਤੇ ਚੰਗਾ ਵੀ ਮਿਲਦੇ ਹਾਂ ਹੁਣ ਅਗਲੇ ਵਲੌਗਾਂ ਦੇ ਵਿੱਚ ਅਤੇ ਚਲੋ ਇੱਕ ਸਾਰੇ ਵੀਡੀਓ ਬਣਾ ਲਈ ਸਾਰੇ ਜਾਣੇ ਲਓ ਵੀ ਆਹ ਹੈਗੀ ਸਾਡੀ ਛੋਟੀ ਜਿਹੀ ਫੈਮਿਲੀ ਚਲੋ ਵੀ ਸਾਰੇ ਜਾਣੇ ਚੰਗਾ ਜੀ ਬਾਏ ਬਾਏ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਬਾਏ 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 ਓਕੇ ਜੀ। Ha ha ha!